ये तर्क ना बब्बू मान तो भी मैं कई बार सुने कि वो भी यही तर्क दिंदे ने कि हाँ सीनियर देना देखो उन्होंने मेरे तो बात पता है। बब्बू मान भाई का तो कौन कौन बहुत फैन है बड़ा अच्छा कल आज बड़ा दिखूंगा। क्या बात है बहुत तगड़ा फैन खड़ा थोड़े सामने। गीत लिखा दूं तेरे ते साडा मित्र बब्बू मान। बब्बू मान जो सच्चाई लिखदा मान जो पंजाब के लेजेंड सिंगर है और इनकी वॉइस तो पूरी। हेलो दोस्तों की हाल चाल ने सारे ने आज ਅਸੀਂ ਲੈ ਕੇ ਆਏ ਬੱਬੂ ਮਾਨ ਬਾਈ ਦੀ ਵੀਡੀਓ ਤੇ ਵੀਡੀਓ ਹੈ ਕਿ ਬਾਲੀਵੁੱਡ ਹੋਵੇ ਚਾਹੇ ਪੰਜਾਬੀ ਇੰਡਸਟਰੀ ਹੋਵੇ ਉਹ ਬੱਬੂ ਮਾਨ ਸਾਹਿਬ ਬਾਰੇ ਕੀ ਕਹਿੰਦੇ ਆ ਫੈਨ ਨੇ ਰਿਸਪੈਕਟ ਕਰਦੇ ਆ ਪੂਰੀ ਹਨਾ ਤੇ ਦੇਵੀ ਇੰਡਸਟਰੀ ਕੀ ਕਹਿੰਦੀ ਆ ਚਾਹੇ ਬਾਲੀਵੁੱਡ ਹੋਵੇ ਚਾਹੇ ਆਪਣੀ ਪੰਜਾਬੀ ਇੰਡਸਟਰੀ ਹੋਵੇ ਮਤਲਬ ਉਹਨਾਂ ਦੀ ਮਾਨਸਾ ਬਾਰੇ ਕੀ ਸੋਚ ਆ ਉਹਨਾਂ ਦੇ ਕੀ ਵਿਚਾਰ ਆ ਉਹਨਾਂ ਦੇ ਗਾਣਿਆਂ ਨੂੰ ਲੈ ਕੇ ਜਾਂ ਉਹਨਾਂ ਦੀ ਡੇਲੀ ਰੁਟੀਨ ਨੂੰ ਲੈ ਕੇ ਤੇ ਉਹਦੇ ਬਾਰੇ ਗੱਲ ਦੱਸਦੇ ਆ ਬਾਈ ਜੀ ਨੇ ਵੀਡੀਓ ਬਣਾਈ ਉਹ ਵੀਡੀਓ ਤੇ ਆਪਾਂ ਅੱਜ ਰਿਐਕਸ਼ਨ ਕਰਨ ਲੱਗਿਆ ਜੀ। ਲੋ ਜੀ ਕਰੀਏ ਸ਼ੁਰੂ ਵੀਡੀਓ ਚਲੋ ਜੀ। ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਜਿਸ ਵਿੱਚ ਗੱਲ ਕਰਾਂਗੇ ਬੱਬੂ ਮਾਨ ਉਰਫ ਤੇਜਿੰਦਰ ਸਿੰਘ ਮਾਨ ਜਿਨ੍ਹਾਂ ਦਾ ਜਨਮ 29 ਮਾਰਚ 1975 ਨੂੰ ਪਿੰਡ ਖੰਟ ਵਿੱਚ ਹੋਇਆ ਅਤੇ ਦੋਸਤੋ ਬੱਬੂ ਮਾਨ ਜੀ ਦੀ ਫੈਨ ਫੋਲੋਇੰਗ ਦੀ ਹਮੀ ਸਾਰੀ ਦੁਨੀਆ ਭਰ ਦੀ ਹੈ ਉਹਨਾਂ ਦੇ ਕੱਟੜ ਫੈਨ ਉਹਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਬੱਬੂ ਮਾਨ ਜੀ ਨੇ 4 ਵਰਲਡ ਮਿਊਜ਼ਿਕ ਅਵਾਰਡ ਅਤੇ 2 ਡੈਵ ਬਾਮਾ ਅਵਾਰਡ ਵੀ ਜਿੱਤੇ ਨੇ ਅਤੇ ਬੱਬੂ ਮਾਨ ਜੀ ਦੀ ਫੈਨ ਫੋਲੋਇੰਗ ਬੋਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਵਿੱਚ ਕਈ ਸਟਾਰ ਉਹਨਾਂ ਦੇ ਕੱਟੜ ਫੈਨ ਨੇ ਅਤੇ ਤੁਹਾਨੂੰ ਦੋਸਤੋ ਦੱਸ ਦਈਏ ਕਿ ਬੱਬੂ ਮਾਨ ਜੀ ਇਸ ਤਰ੍ਹਾਂ ਦੀ ਫੈਨ ਫੋਲੋਇੰਗ ਦੇ ਨਾਲ ਹੀ ਉਹ 1999 ਤੋਂ ਹੁਣ ਤੱਕ ਪੰਜਾਬੀ ਇੰਡਸਟਰੀ ਵਿੱਚ ਰਾਜ ਕਰਦੇ ਆਏ ਨੇ। ਓਫੀਸ਼ੀਅਲੀ ਉਹਨਾਂ ਦਾ ਪਹਿਲਾ ਗਾਣਾ 1998 ਨੂੰ ਸੱਜਣ ਰੁਮਾਲ ਦੇ ਕੇ ਆਇਆ ਸੀ ਅਤੇ ਉਹਨਾਂ ਦਾ ਹੁਣ ਲੇਟੈਸਟ ਗਾਣਾ ਕਲਿੱਕਾਂ ਆਪਣੀ ਵੀਡੀਓ ਦੇ ਨਾਲ ਪਾਇਆ ਅਤੇ ਦੋਸਤੋ ਬੱਬੂ ਮਾਨ ਜੀ ਦੀ ਇਸ ਕੱਟੜ ਫੈਨ ਫੋਲੋਇੰਗ ਨੂੰ ਦੇਖਦੇ ਹੋਏ ਅਸੀਂ ਇੱਕ ਵੀਡੀਓ ਤਿਆਰ ਕੀਤੀ ਹੈ। ਇਹ ਵੀਡੀਓ ਹਰੇ ਕੱਟੜ ਫੈਨ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਬਣਦੀ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤਾਂ ਜੋ ਹਰ ਇੱਕ ਬੰਦੇ ਨੂੰ ਇਹ ਪਤਾ ਲੱਗ ਸਕੇ ਕਿ ਬੱਬੂ ਮਾਨ ਦੀ ਫੈਨ ਫੋਲੋਇੰਗ ਕਿੰਨੇ ਉੱਚੇ ਪੱਧਰ ਦੀ ਹੈ। ਆਪ ਵੇਖਦੇ ਹਾਂ ਸਾਰੀਆਂ ਵੀਡੀਓ। ਬੱਬੂ ਮਾਨ ਸਰ ਸਿਰੇ ਦੀ ਚੋਟ ਦਾ ਆਰਟਿਸਟ ਆ ਦੇਖ ਲਓ ਬਿਲਕੁਲ ਅੱਜ ਦੇ ਟਾਈਮ 'ਚ ਨਵੀਂ ਜਨਰੇਸ਼ਨ ਨਵੀਂ ਰੱਜ ਕੇ ਪਿਆਰ ਕਰਦੀ ਉਹਨੂੰ ਮਾਨ ਸਾਹਿਬ ਨੂੰ ਕਿਸੇ ਆਰਟਿਸਟ ਨੂੰ ਨਹੀਂ ਉਹਨਾਂ ਕਰਦੀ ਜਿਹਨੇ ਉਹਨੂੰ ਕਰਦੀ। ਬਿਲਕੁਲ ਬਿਲਕੁਲ ਬੱਬੂ ਮਾਨ ਜੋ ਸੱਚਾਈ ਲਿਖਦਾ ਪਹਿਲਾਂ ਸਰਦਾਰ ਹਾਂ ਬਾਕੀ ਗੱਲਾਂ ਬਾਅਦ 'ਚ ਸੋਹਣੀਆਂ। ਰਣਜੀਤ ਕੌਰ ਇਸ ਗੀਤ ਨੇ ਬੱਬੂ ਦੀ ਸ਼ਾਨ ਸਿਖਰਾਂ ਤੇ ਪਹੁੰਚਾਤੀ ਹੈ। ਗੀਤ ਲਿਖਾ ਦੂੰ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ। ਗੀਤ ਲਿਖਾ ਦੂੰ ਤੇਰੇ ਤੇ ਦੇਵੀ ਨਾਲ ਹੈ ਜਾਣ ਪਛਾਣ ਛੱਤ ਹੈ ਆ ਜਾ ਮੇਰੀ ਜਾਨ ਨਿਕਲ ਚੱਲੇ ਬਸ ਪਰਾ ਪੰਜਾਲਾ ਬੱਬੂ ਮਾਨ ਦਾ ਛੱਲਾ ਤਾਂ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸਾਡੇ ਕਲਾਕਾਰਾਂ ਨਾਲ ਮਿਲਦਾ ਉਹ ਤੋ ਮੇਰਾ ਬਹੁਤ ਬਹੁਤ ਪਿਆਰ ਸਤਿਕਾਰ ਮੈਂ ਆਪਣੇ ਹੱਥੀ ਜਾ ਕੇ ਬੱਬੂ ਮਾਨ ਦੇ ਘਰੇ ਜਾ ਕੇ ਦੇ ਕੇ ਆਉਂਗਾ। ਤੁਹਾਨੂੰ ਆਪਣੇ ਇਲਾਵਾ ਐਸਾ ਕਿਹੜਾ ਸਿੰਗਰ ਹੈ ਜੋ ਸਾਨੂੰ ਬਹੁਤ ਪਸੰਦ ਹੈ? ਮੈਨੂੰ ਬੱਬੂ ਮਾਨ ਬੱਬੂ ਮਾਨ ਬਾਦਸ਼ਾਹ ਨਾ ਸ਼ਾਹਰੁਖ ਖਾਨ ਨਾ ਅਮੀਰ ਖਾਨ ਸਿਰਫ ਬੱਬੂ ਮਾਨ ਕਿਉਂਕਿ ਉਹ ਬੱਬੂ ਮਾਨ ਕੀ ਆਵਾਜ਼ ਸੀ ਬਹੁਤ ਬਹੁਤ ਹੀ ਅਨਯੂਜੁਅਲ ਆਵਾਜ਼ ਹੈ। ਬਚਨ ਮਾਨ ਜੀ ਜਾਂ ਬੱਬੂ ਮਾਨ ਜੀ ਜਾਂ ਭਾਈ ਮੈਨੂੰ ਲੱਗਦਾ ਹੈ ਕਿ ਬੱਬੂ ਮਾਨ ਜੀ ਬਹੁਤ ਬੜਾ ਖੜੇ ਸਿੰਗਰ ਹੈ ਔਰ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹਾਂ। ਔਰ ਬੱਬੂ ਮਾਨ ਜੋ ਪੰਜਾਬ ਕੇ ਲੇਜੈਂਡ ਸਿੰਗਰ ਹੈ ਔਰ ਇਨਕੀ ਵੌਇਸ ਤੋਂ ਪੂਰੀ ਦੁਨੀਆ ਜਾਣਦੀ ਹੈ ਇਜ਼ ਅ ਨੰਬਰ 1 ਸਿੰਗਰ। ਔਰ ਦ ਲੇਜੈਂਡ ਬੱਬੂ ਮਾਨ ਇਜ਼ ਹੇਅਰ। ਮੈਂ ਪੰਜਾਬੀ ਹਾਂ ਮੈਨੂੰ ਪਤਾ ਕਿ ਉਨ੍ਹਾਂ ਲਈ ਹਮ ਸਭ ਕੇ ਲਈ ਬੱਬੂ ਮਾਨ ਜੀ ਕੀ ਕੀ ਵੈਲਿਊ ਹੈ। ਮੈਨੂੰ ਬਹੁਤ ਅੱਛਾ ਲੱਗਾ ਬੱਬੂ ਮਾਨ ਜੀ ਬਹੁਤ ਪਿਆਰਾ ਗਾਇਆ ਹੈ ਮੈਲੋਡੀ ਬਹੁਤ ਥੀ ਉਸ ਮੇਂ। बॉलीवुड में आने वाले टॉप के सिंगर बब्बू मान ही है कोई रोक नहीं सकता। क्या बिल्कुल मिक्का मिक्का सबको फेल कर देंगे बब्बू मान साहब। सांगा गुरु रंधावा बड़े कलाकार ने तुसा गाना गाएगा। हां गाओ मित्रां दी छतरी तो उठ गई ਅੰਬਰਾਤ ਲਾਉਣੀ ਐ ਉਡਾਰੀਆਂ ਇਹ ਬਹੁਤ ਪੰਜਾਬੀ ਗਾਣੇ ਸੁਣਦੇ ਕੋਈ ਬਲੈਤ ਵਾਲਾ ਲੈ ਗਿਆ। And I want to say sorry to all the big artists that pick up the mic and perform in India. ਪਿਛਲੇ ਸ਼ੋਅ ਚ ਮੇਰੇ ਤੋਂ ਗਲਤੀ ਹੋਈ ਮੈਂ ਸ਼ੋਅ ਚ ਮਾਈਕ ਤੇ ਗਾਲਾਂ ਕੱਢੀਆਂ। So because of that I want to apologize ਸਭ ਸਾਰੇ ਤੋਂ ਪਹਿਲਾਂ ਮੈਂ say sorry to ਮਾਨ ਸਾਹਿਬ ਕਿ ਮੈਂ ਮਾਈਕ ਤੇ ਐਡਾ ਦੀ ਗਲਤੀ ਕੀਤੀ ਹੈ ਮੈਂ ਮੇਰੇ ਤੋਂ ਦੁਬਾਰਾ ਨਹੀਂ ਹੋਣੀ ਸੋਰੀ।
मान जी की आवाज भी वैसी है और बहुत अच्छा है गाना। मिलर सा फीलिंग लग रही है, वो भी एक लेजेंडरी फिगर है, ये भी एक लेजेंडरी फिगर है और आई थिंक आई कुडंट हैव आस्क्ड फॉर मोर। बहुत अच्छा एक्सपीरियंस रहा। मैनू नहीं लगता कि जिन्नी मर्जी दुनिया आ जाए, जिन्ने मर्जी सिंगर आ जाए, जिन्ने मर्जी पोलीटिकल बंदे आ जाए, जिदा की फैन फॉलोइंग बब्बू मान साहब की है, नहीं किसी की होनी। बोल के पोस्टा पा के नहीं जताया, जे प्यार हैगा तां दिलों है, इथों नहीं। बब्बू मान तो भी मैं कई बार सुने कि वह भी यही तर्क देंगे कि 50 साल पहला सिचुएशन कुछ होर सी, हुण सिचुएशन कुछ होर हो गई है, इस करके गीत भी माहौल च निकलते पे ने। नहीं नहीं मैं देखो जी आर्टिस्ट हूँ भगवान की भी गल की है ना, सीनियर देना 20-22 साल मेरे तो बड़े हैं, घट्टो घट मैं तो हूँ नवा आया, मैं तो 1.5 साल होया है, देखो उन्होंने मेरे तो वह पता है। जा अज भी चलो अज भी आप गल कर लें, फेवरेट सिंगर कि फेवरेट सिंगर सारे ही ने जी, हुण तुसीं अपने जिन्ने भी हुण हुंदे आ, चाहे बब्बू मान बई आ, गुरदास भाजी ने, प्रमोण वारस बई आ, क्योंकि मैं सारे सुने ने बई। अज तक रहे चमकीला सुनदे हुण जट वैन होया बब्बू मान दा। बहुत खुशी हुंदी है जदों तुसीं बब्बू मान जी दे नाम ते ताड़ियां, इक वारी ताड़ी ला दिओ पहला। सो धन है जी ओ मां जिन्हां ने उन्हां नूं जन्म दिता। सो हमेशा ही असीं गल करदे आ कि जिदा दे उन्हां दे फैन ने, सो बाबा करे कि वैसे तो बहुत औखा काम है पर सारे दे होण। फैन हो भाई या तुसी नहीं हो, असीं हैगे आ जी, असीं क्यों नहीं हैगे। मैं तो बहुत लोकां दा फैन आ जी, बब्बू मान दा तो मैं बहुत फैन आ जी। बब्बू मान दे ग्रह मिसाल से थोड़ा बहुत सुनो तुसी, भाई तो सुना नाले भाई दे मुंह ज्यादा जुटे तो फिर तो बब्बू मान ही है कोई ना। ਮਹਿਲੇ ਕੇ ਰੁਮਾਲ ਆਇਆ ਖੰਨੇ ਤੋਂ, ਕਿਤੇ ਹੱਥ ਭੇਜ ਗਿਆ ਮੁੜ ਬੰਨੇ ਤੋਂ, ਮਹਿਲੇ ਕੇ ਰੁਮਾਲ ਆਇਆ ਖੰਨੇ ਤੋਂ, ਕਿਤੇ ਹੱਥ ਭੇਜ ਗਿਆ ਮੁੜ। ਇਹ ਵੀ ਗਾਣਾ ਬਹੁਤ ਵਧੀਆ ਪੰਜਾਬ। ਮੈਂ ਕਹਿੰਦਾ ਸੀ ਜੇ ਅਸੀਂ ਫੈਨ ਬਣਨਾ ਕਿਦਾਂ, ਸਿਰਫ ਬੱਬੂ ਮਾਨ ਦਾ ਫੈਨ ਬਣੋ, ਕਿਉਂਕਿ ਮੈਂ ਸਿਰਫ ਬੱਬੂ ਮਾਨ ਦਾ ਫੈਨ ਹਾਂ ਤੇ ਪ੍ਰਾਇਮਰੀ ਇਸ ਗੱਲ ਕਰਕੇ ਕਿਉਂਕਿ ਬਚਪਨ ਤੋਂ ਜਵਾਨੀ ਤੱਕ ਉਹਨਾਂ ਦੇ ਗਾਣੇ ਸੁਣਦੇ ਆਏ, ਉਹਨਾਂ ਦੀ ਵਿਚਾਰਧਾਰਾ 'ਤੇ ਅਮਲ ਕਰਦੇ ਆਏ, ਨਾਲੇ ਜਿਹੜਾ ਯਾਰ ਐਟੀਟਿਊਡ ਹੈ ਉਹ ਬਾਈ ਹੋਣਾ ਤੋਂ ਹੈ। ਅੱਜ ਵੀ ਸੁਪਨਾ ਹੈ ਬਾਈ ਨੂੰ ਮਿਲਣ ਦਾ, ਜਦੋਂ ਬਾਈ ਆਊਗਾ ਹੱਥ ਮਿਲਾ ਕੇ ਬਾਈ ਦੇ ਕੋਲ ਬਹਿਣ ਦਾ। ਬੇਸਿਕਲੀ ਮੈਂ ਜਿਸ ਸਿੰਗਰ ਤੋਂ ਇੰਸਪਾਇਰਡ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਬੂ ਮਾਨ ਤੋਂ। ਜਿਹਦਾ ਫੈਨ ਆ ਮੈਂ ਪਹਿਲੀ ਹੈ ਨਾ, ਜਦੋਂ ਪਹਿਲੀ ਬਾਈ ਦੀ ਪਹਿਲੀ ਐਲਬਮ ਆਈ ਤੇ ਮੈਂ ਗਾਈਆਂ ਨੜਾਉਂਦਾ ਸੀ ਤੇ ਮੈਂ ਕਿਹਾ ਵੀ ਗਾਣਾ ਵਧੀਆ ਲੱਗਦਾ, ਲੋਕਾਂ ਨੇ ਵੀਤੀ ਦੁਬਗਾ ਦੁਬਗਾ ਵੀਤੀ ਵਾਟੇ ਨਾ, ਤੇ ਮੈਂ ਬਾਵਾ ਬਾਵਾ ਦਿਨ ਚਲਾਈ ਚਲਾਈ ਕੀ ਉਹ ਟੇਪਰ ਕਾਰਡ ਨਹੀਂ, ਉਹ ਟੇਪਰ ਕਾਰਡ ਟੇਪਰ ਕਾਰਡ ਤੇ ਬਾਵਾ ਕਸਾਈ ਮੈਂ ਉਹ ਤੇ ਨਾ ਲੰਘੇ ਕੋਲ ਦੀ ਕਦੇ ਫੈਨ ਪਿਆਰਿਆਂ ਦੇ, ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਵਿੱਚ ਅਖਾੜਿਆਂ ਦੇ, ਆ ਨੇਤ ਵੀ ਮਰਦਾ ਮਰ ਜੂ ਨਾ ਕਦੇ ਦਿਲ ਤੋਂ ਲੈ ਸਕਦਾ, ਠੰਡ ਵਾਲੇ ਦੀ ਜਗ੍ਹਾ ਕਮਲੀਏ ਕੋਈ ਨਹੀਂ ਲੈ ਸਕਦਾ,
ਉਸਤਾਦ ਸਿਕੰਦਰ ਬੈਠਾ ਏ ਸਾਂਭੀ ਸੱਪ ਵਰਗੀਆਂ ਗਾਣਿਆਂ ਨੂੰ ਖੰਟ ਵਾਲਾ ਖੁੱਲੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੌੜ ਨਿਆਣਿਆਂ ਨੂੰ कदे मोटर सड़ गई कदे बोर खड़ गया कदे पैंदा सोका कदे सब कुछ हड़ गया किश्तां बैंक दियां टुट गईयां किश्तां बैंक दियां टुट गईयां जट दी जून बुरी तड़ तड़फ मर जाना परमेश वर्मा की वीडियो देखी होगा ना मैं कहना मिलना चाहता सब तो वड्डा फैन जो उसकी गल कर लो जेडे मर्जी की गल कर लो यार है ना कई वीडियो आए मैंने कहा वीडियो बहुत लंबी हो जानी थी है ना कई बंद ने गए हम असी एक बार ਜਿਹੜੇ ਉਹ ਤਿੰਨ ਕਲਾਕਾਰ ਨਹੀਂ ਤਾਂ ਲੈਂਡਰ ਸਾਇੰਸ ਜਾਂ ਨਾ ਉਹਨਾਂ ਦਾ ਹਾਂ ਅਸੀਂ ਉੱਥੇ ਗਏ ਸੀ ਲੁਧਿਆਣੇ ਗਏ ਸੀਗੇ ਨਾ ਅੱਛਾ ਤੇ ਉੱਥੇ ਦੇਖਣ ਗਏ ਸੀਗੇ ਉਹ ਸ਼ੋਅ ਦੁਸਹਿਰੇ ਤੇ ਅਸੀਂ ਮੈਂ ਸਾਰਿਆਂ ਨੇ ਗਏ ਉੱਥੇ ਉਹਦੇ ਗਾਣੇ ਲਈ ਜਾਣ ਬੱਬੂ ਮਾਨ ਦੇ ਕਹਿੰਦਾ ਬਾਈ ਕੌਣ ਕੌਣ ਫੈਨ ਹੈ ਬਾਈ ਦਾ ਸਾਰੇ ਗਾਹ ਪਾਉਣ ਲੱਗ ਗਏ ਕਹਿੰਦੇ ਅਸੀਂ ਕਹਿੰਦਾ ਕਿਹੜਾ ਗਾਣਾ ਸੁਣਦਾ ਕਹਿੰਦਾ ਜਿਹੜਾ ਮਰਜ਼ੀ ਹੋਣ ਤੋਂ ਆਡੀਅੰਸ ਕਹਿੰਦੀ ਉਹਨਾਂ ਨੇ ਉਹ ਪਿੰਡ ਪਹਿਰਾ ਲੱਗਦਾ ਉਹ ਗਾਣਾ ਗਾਇਆ ਸੀ ਕਾਫੀ ਗਾਣੇ ਗਾਏ ਸੀ ਮੈਂ ਕਹਿੰਦਾ ਸਿਰਾ ਹੀ ਲੱਗ ਗਿਆ ਉਦੋਂ ਬਾਅਦ ਪਹਿਲਾਂ ਤਾਂ ਸਾਰੇ ਸੁਸਤ ਸੀਗੇ ਜਦੋਂ ਗਾਣਾ ਗਾਉਣ ਲੱਗੇ ਨਾਮ ਲਿਆ ਉਦੋਂ ਬਾਅਦ ਬਣ ਕਿੰਨੇ ਐਨਰਜੀ ਆ ਗਈ ਲੋਕਾਂ 'ਚ ਮਤਲਬ ਉਹ ਗੱਲ ਕਰਦੇ ਹਾਂ ਵੀ ਬਿਲਕੁਲ ਕਹਿਣ ਦੀ ਗੱਲ ਆ ਵੀ ਲੇਜੈਂਡ ਬਾਈ ਹੈ ਨਾ ਲੇਜੈਂਡ ਇੱਕ ਕਹਿ ਦਈਏ ਕਿ ਇੰਡਸਟਰੀ ਦਾ ਥੰਮ ਬਣਿਆ ਹੋਇਆ ਵਾ ਜਿਹਨੂੰ ਚਾਹੇ ਜਿੰਨਾ ਮਰਜ਼ੀ ਭੰਡ ਲਓ ਜਿੰਨਾ ਮਰਜ਼ੀ ਜੋ ਮਰਜ਼ੀ ਚਾਹੇ ਮੰਦਾ ਚੰਗਾ ਬੋਲੋ ਨੈਗੇਟਿਵਿਟੀ ਫੈਲਾ ਲਓ ਪਰ ਉਹਨੇ ਕਦੇ ਫੇਲ ਨਹੀਂ ਹੋਣਾ ਉਹ ਇਹੋ ਜਿਹਾ ਸੂਰਜ ਆ ਨਾ ਉਹਨਾਂ ਨੇ ਕਦੇ ਰਿਪਲਾਈ ਕਰਨਾ ਆ ਵੀ ਰਿਪਲਾਈ ਕਰਕੇ ਗਾਲਾਂ ਕੱਢ ਦੇਣਗੇ ਵੀ ਕਹਿ ਦੇਣਗੇ ਵੀ ਜਿਨ੍ਹਾਂ ਨੇ ਮੈਨੂੰ ਸਿੱਧੂ ਬਾਈ ਜਦੋਂ ਜਿਉਂਦਾ ਸੀਗਾ ਯਾਦ ਹੋਣਾ ਵਾ ਜਦੋਂ ਉਹਨਾਂ ਨੇ ਇੱਕ ਜਦੋਂ ਉਹ ਕਾਂਗਰਸ ਦੇ ਵਿੱਚ ਗਏ ਸੀ ਉਦੋਂ ਲੋਕਾਂ ਨੇ ਬਹੁਤ ਕਿਹਾ ਸੀਗਾ ਵੀ ਇਹ ਤਾਂ ਜੀ ਦੱਬ ਲਿਆ ਇਹਨਾਂ ਨੇ ਇਹ ਝੋਟਾ ਕਹਿੰਦੇ ਮੰਨਦਾ ਆਪਣਾ ਕਿਉਂਕਿ ਜਿੰਨਾ ਟਾਈਮ ਤੁਸੀਂ ਜਿਉਂਦੇ ਹੋ ਉਨਾ ਟਾਈਮ ਤੁਹਾਡੇ ਗਾਲਾਂ ਪੈਣੀਆਂ ਪੈਣੀਆਂ ਨੇ ਨੋਰਮਲ ਗੱਲ ਨੇ ਤੁਹਾਡੀ ਆਲੋਚਨਾ ਹੁੰਦੀ ਰਹੀ ਇੱਕ ਮਾਨ ਸਾਹਿਬ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਵੀ ਜੇ ਤੁਹਾਡੀ ਮੰਨ ਲਓ ਅੱਧੇ ਲੋਕ 50% ਲੋਕ ਜੇ ਤੁਹਾਡੀ ਆਲੋਚਨਾ ਕਰਦੇ ਨੇ ਤੇ 50% ਤੁਹਾਨੂੰ ਸੁਣਦੇ ਨੇ ਤੇ ਸਮਝ ਲਓ ਕਿ ਤੁਸੀਂ ਇੰਡਸਟਰੀ ਦੇ ਵਿੱਚ ਤੁਸੀਂ ਦੁਨੀਆਂ ਦੇ ਵਿੱਚ ਹੈਗੇ ਹੋ ਤੇ ਤੁਹਾਡਾ ਵਜੂਦ ਹਮੇਸ਼ਾ ਕਾਇਮ ਰਹੂਗਾ ਵੀ ਜੇ ਤੁਹਾਡੀ ਆਲੋਚਨਾ ਤੁਹਾਡੀ ਬੁਰਾਈ ਹੋਣੀ ਖਤਮ ਹੋ ਗਈ ਫਿਰ ਸਮਝ ਲਓ ਕਿ ਦੁਨੀਆਂ 'ਚ ਤੁਹਾਡਾ ਨਾਮ ਟਾਈਮ ਵੀ ਖਤਮ ਹੋ ਗਿਆ ਟਾਈਮ ਵੀ ਖਤਮ ਚਲੋ ਜੀ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨੈਕਸਟ ਵੀਡੀਓ ਲੈ ਕੇ ਆਉਣਾ ਬਾਈ ਦਾ ਲਾਈਵ ਸ਼ੋਅ ਕੋਈ ਹੋਵੇ ਡੱਡੇ ਦਾ ਜਾਂ ਲਾਈਵ ਸ਼ੋਅ ਹੋਵੇ ਨਾ ਤੇ ਉਹ ਤੇ ਦੇਖਿਆ ਜ਼ਰੂਰ ਦੇਵਾਂਗੇ 2020 ਜਿਹੜਾ ਸੀਗਾ ਮਤਲਬ ਬੈਸਟ ਬਹੁਤ ਵਧੀਆ ਸੀ ਨਾ ਵਿੱਚ ਵਿੱਚ ਥੋੜੀ ਥੋੜੀ ਕਲਿੱਪਾਂ ਦੇਖੀ ਹੋਈਆਂ ਨੇ ਤੇ ਉਹ ਲਾਈਵ ਤੇ ਰਿਐਕਸ਼ਨ ਲੈ ਕੇ ਆਉਂਦੇ ਹਾਂ ਤੇ ਬਾਕੀ ਇਹ ਵੀਡੀਓ ਨੂੰ ਜ਼ਰੂਰ ਪਿਆਰ ਦਿਓ ਤੇ ਮਾਨ ਬਾਈ ਨੂੰ ਪਿਆਰ ਕਰਨ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਫਿਰ ਮਿਲਦੇ ਹਾਂ ਅਗਲੇ ਵੀਡੀਓ 'ਚ ਧੰਨਵਾਦ